ਭਪਿੰਦਰ ਸਿੰਘ ਹੈਪੀ ਜੀ MLA ਬਸੀ ਪਠਾਣਾ, ਬਲਕਾਰ ਸਿੰਘ ਜੀ MLA ਸਹਿਬਾਨ, ਔਰ ਮੇਰੇ ਨਾਲ ਹਰਭਜਨ ਸਿੰਘ ਜੀ ETO ਮਿਨਿਸਟਰ ਸਹਿਬਾਨ, ਕੈਬਨਿਟ ਮਿਨਿਸਟਰ ਪੰਜਾਬ। ਖੱਬੇ ਪਾਸੇ ਲਾਲਚੰਦ ਕਟਾਰੂ ਚੱਕ ਜੀ, ਕੈਬਨਿਟ ਮਿਨਿਸਟਰ ਪੰਜਾਬ। ਸਰਬਜੀਤ ਕੌਰ ਮਾਣੂਕੇ ਜੀ, ਸੀਨੀਅਰ ਲੀਡਰ ਆਮ ਆਦਮੀ ਪਾਰਟੀ ਪੰਜਾਬ, MLA ਜਗਰਾਓਂ। ਸ਼ੀਤਲ ਅੰਗਰਾਲ ਜੀ, MLA ਜਲੰਧਰ ਤੋਂ। ਡਾਕਟਰ ਚਰਨਜੀਤ ਸਿੰਘ ਚੰਨੀ ਜੀ, MLA ਚਮਕੌਰ ਸਾਹਿਬ ਤੋਂ। ਅਮਿਤ ਰਤਨ ਜੀ, ਰਜਨੀਸ਼ ਦਈਆ ਜੀ, MLA ਸਹਿਬਾਨ। ਅੱਜ ਇਸ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹੋਏ ਹਾਂ। ਜਦੋਂ ਪੰਜਾਬ ਦੀ ਵਿਧਾਨ ਸਭਾ ਇਲੈਕਸ਼ਨ 2022 16ਵੀਂ ਵਿਧਾਨ ਸਭਾ ਦੇ ਲਈ ਪੰਜਾਬ ਦੀ ਇਲੈਕਸ਼ਨ ਹੋ ਰਹੀ ਸੀ, ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਨਾਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਦਿੱਤਾ ਗਿਆ ਸੀਗਾ, ਇੱਕ ਸਲੋਗਨ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਸੀਗਾ ਕਿ ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ ਅਰਵਿੰਦ ਕੇਜਰੀਵਾਲ ਜੀ ਕਰਨਗੇ ਪੂਰਾ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਤੁਹਾਡਾ ਸੁਪਨਾ ਅਧੂਰਾ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਕਰਨਗੇ ਤੁਹਾਡਾ ਸੁਪਨਾ ਪੂਰਾ। ਇਹ ਜਿਹੜਾ ਸਲੋਗਨ ਆ ਪੂਰੇ ਪੰਜਾਬ ਦੇ SC ਵਰਗ ਦੇ ਲਈ, ਪੂਰੇ ਪੰਜਾਬ ਦੇ ਗਰੀਬ ਲੋਕਾਂ ਦੇ ਲਈ, ਪੂਰੇ ਪੰਜਾਬ ਦੇ ਦਲਿਤ ਲੋਕਾਂ ਦੇ ਲਈ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਸੀ, ਸਲੋਗਨ ਜਿਹੜਾ ਦਿੱਤਾ ਸੀ ਜਦੋਂ ਇਲੈਕਸ਼ਨ ਹੋ ਰਹੀ ਸੀ। ਅੱਜ ਉਹ ਸੁਪਨਾ ਪੂਰਾ ਹੋ ਰਿਹਾ, ਅੱਜ ਉਹ ਸੁਪਨੇ ਨੂੰ ਲੈ ਕੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜਿਹਦੇ ਦਿਸ਼ਾ ਨਿਰਦੇਸ਼ ਹੇਠ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵੱਡਾ ਇਤਿਹਾਸਿਕ ਫੈਸਲਾ, 75 ਸਾਲਾਂ ਬਾਅਦ ਇੱਕ ਇਤਿਹਾਸਿਕ ਫੈਸਲਾ ਜਿਹੜਾ ਹੋਇਆ ਗਾ, ਜੋ ਸੰਵਿਧਾਨ ਦੇ ਵਿੱਚ ਰਾਈਟ ਸੀਗੇ, ਜੋ ਸੰਵਿਧਾਨ ਦੇ ਵਿੱਚ ਰਿਜ਼ਰਵੇਸ਼ਨ ਸੰਬੰਧੀ ਲਿਖਿਆ ਗਿਆ ਸੀਗਾ, ਅੱਜ ਉਹ 75 ਸਾਲਾਂ ਬਾਅਦ, ਜਦੋਂ ਕਿਉਂਕਿ ਐਡਵੋਕੇਟ ਅੰਗੇਜਮੈਂਟ ਐਕਟ 2017 ਆਇਆ ਸੀਗਾ, ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰੀਏ, ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ, ਜਿੰਨੀਆਂ ਵੀ ਭਾਰਤ ਦੇ ਵਿੱਚ ਹਾਈ ਕੋਰਟਸ ਨੇਗੀਆਂ, ਜਾਂ ਦੇਸ਼ ਦੀ ਸਰਵਉੱਚ ਸੁਪਰੀਮ ਕੋਰਟ ਆ, ਉਹਦੇ ਵਿੱਚ ਕਿਸੇ ਵੀ ਦਲਿਤ ਭਾਈਚਾਰੇ ਲਈ, SC ਭਾਈਚਾਰੇ ਦੇ ਲਈ ਕਿਸੇ ਵੀ ਪੋਸਟ ਦੇ ਉੱਤੇ ਰਿਜ਼ਰਵੇਸ਼ਨ ਨਹੀਂ ਹੈਗੀ। ਬੜਾ ਪ੍ਰਚਾਰ ਕੀਤਾ ਗਿਆ, ਕਾਂਗਰਸ ਪਾਰਟੀ ਨੇ ਬਹੁਤ ਇਲੈਕਸ਼ਨਾਂ ਲੜੀਆਂ, ਅਕਾਲੀ ਦਲ BJP ਨੇ ਬਹੁਤ ਇਲੈਕਸ਼ਨਾਂ ਲੜੀਆਂ ਕਿ ਅਸੀਂ SC ਵਰਗ ਨੂੰ ਉਹਨਾਂ ਦੀ ਨੁਮਾਇੰਦਗੀ ਦੇਵਾਂਗੇ, ਅਸੀਂ ਉਹਨਾਂ ਲਈ ਬੜੀਆਂ ਬੜੀਆਂ ਸਕੀਮਾਂ ਲੈ ਕੇ ਆਵਾਂਗੇ, ਕਦੇ ਗਰੀਬੀ ਹਟਾਓ ਦੇ ਨਾਅਰੇ ਲੱਗੇ, ਔਰ ਬਹੁਤ ਵਾਰ ਇਲੈਕਸ਼ਨਾਂ ਜਿਹੜੀਆਂ ਨੇਗੀਆਂ ਉਹ ਦਲਿਤਾਂ ਦਾ ਨਾਂ ਲੈ ਕੇ, ਗਰੀਬ ਲੋਕਾਂ ਦਾ ਨਾਂ ਲੈ ਕੇ ਕਾਂਗਰਸ ਪਾਰਟੀ, ਅਕਾਲੀ ਦਲ, BJP ਵਾਲੇ ਜਿੱਤਦੇ ਰਹੇ। ਲੰਬਾ ਸਮਾਂ 75 ਸਾਲ ਇਹਨਾਂ ਪਾਰਟੀਆਂ ਨੇ ਗਰੀਬ ਲੋਕਾਂ ਦੀਆਂ ਵੋਟਾਂ ਲੈ ਕੇ, SC ਵਰਗ ਦੀਆਂ ਵੋਟਾਂ ਲੈ ਕੇ ਰਾਜ ਕੀਤਾ, ਪਰ ਲੇਕਿਨ ਉਹਨਾਂ ਦੇ ਪੜ੍ਹੇ ਲਿਖੇ ਲੋਕਾਂ ਦੇ ਲਈ ਹਾਇਰ ਜੁਡੀਸ਼ਰੀ ਦੇ ਵਿੱਚ ਜਿੱਥੇ ਐਡਵੋਕੇਟ ਭਰਤੀ ਹੋਣੇ ਨੇਗੇ, ਜਦੋਂ AG ਦੇ ਆਫਿਸ ਦੇ ਵਿੱਚ, ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਕਦੇ ਵੀ ਰਿਜ਼ਰਵੇਸ਼ਨ ਨਹੀਂ ਰੱਖੀ ਹੈਗੀ। ਇਹ ਇੱਕ ਇਤਿਹਾਸਿਕ ਫੈਸਲਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਗਾ। ਅੱਜ ਅਸੀਂ ਜਿੱਥੇ ਐਡਵੋਕੇਟ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਅਨਾਊਂਸ ਕੀਤੀ ਆ, 58 ਪੋਸਟਾਂ ਪਹਿਲੀ ਵਾਰ ਹੋਇਆ ਗਾ ਕਿ 58 ਪੋਸਟਾਂ ਰਿਜ਼ਰਵ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਅਡੀਸ਼ਨਲ ਐਡਵੋਕੇਟ ਜਨਰਲ ਦੀਆਂ 12 ਪੋਸਟਾਂ, ਡਿਪਟੀ ਐਡਵੋਕੇਟ ਜਨਰਲ ਦੀਆਂ 16 ਪੋਸਟਾਂ, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀਆਂ 5 ਪੋਸਟਾਂ, AG ਦੀਆਂ 23 ਪੋਸਟਾਂ ਅਤੇ ਐਡਵੋਕੇਟ ਦੀਆਂ 2 ਪੋਸਟਾਂ ਇਹ ਅਸੀਂ ਰਿਜ਼ਰਵ ਕੀਤੀਆਂ ਨੇਗੀਆਂ। ਹੁਣ ਤੱਕ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਨੇ ਔਰ ਅਕਾਲੀ ਦਲ BJP ਵਾਲੇ ਨੇ ਸਿਰਫ ਦਲਿਤਾਂ ਨੂੰ ਲੈ ਕੇ, ਸਿਰਫ SC ਵਰਗ ਨੂੰ ਲੈ ਕੇ ਸਿਆਸਤ ਕੀਤੀ ਆ, ਸਿਰਫ ਆਪਣੀ ਪੋਲੀਟਿਕਸ ਕੀਤੀ ਆ। ਅੱਜ ਅਸਲੀਅਤ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਸੁਪਨਾ ਪੂਰਾ ਹੋ ਰਿਹਾ ਗਾ, ਕਿਉਂਕਿ ਅਸੀਂ ਜਿਹੜੀਆਂ ਫੋਟੋਆਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀਆਂ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ, ਅਸੀਂ ਖਾਲੀ ਦਿਖਾਉਣ ਨੂੰ ਨਹੀਂ ਲਾਂਝਾਂ ਹੈਗੀਆਂ, ਅਸੀਂ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਇਹ ਫੋਟੋਆਂ ਦਿਖਾਉਣ ਨਹੀਂ ਲਾਂਝਾਂ ਹੈਗੀਆਂ। ਅੱਜ ਉਹਨਾਂ ਦੀ ਸੋਚ ਜਿਹੜੀ ਆ, ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਅੱਜ ਪੰਜਾਬ ਦੇ AG ਦੇ ਆਫਿਸ ਦੇ ਵਿੱਚ 58 ਪੋਸਟਾਂ ਦੀ ਰਿਜ਼ਰਵੇਸ਼ਨ ਦਿੱਤੀ ਗਈ ਆ। ਇਹ ਇੱਕ ਬਹੁਤ ਇਤਿਹਾਸਕ ਫੈਸਲਾ ਗਾ,
मेरा हुण चैलेंज है उन्होंने पार्टियां नूं, बीजेपी चलो अकाली दल वाले तां लोकां ने खत्म करते, उन्होंने बारे तां बोलण दा हुण फायदा ही कोई नहीं, समां गवावांगे। अज बीजेपी देश के बहुत सारे सूबों के राज कर रही है, साडे गवांढी सूबा हरियाणा, साडा गवांढी सूबा हिमाचल प्रदेश, बीजेपी उत्थे राज कर रही है। इन्हां सूबों के कोई भी रिजर्वेशन AG दे ऑफिस दे विच एक भी रिजर्वेशन नहीं हैगी। इस तरह कांग्रेस पार्टी राजस्थान और दूजे सूबों राज कर रही है, उत्थे भी जिहड़ी रिजर्वेशन है नहीं। वड्डियां वड्डियां गल्लां इन्हां ने दलितां दीआं वोटां लैण दे लई, इन्हां ने SC वर्ग दीआं वोटां लैण दे लई SC वर्ग का पत्ता जरूर खेडिया सीगा, पर पंजाब दे गरीब वर्ग, पंजाब दा SC वर्ग, पंजाब दा दलित वर्ग, इन्हां दीआं चालां तो जाणू सीगा। यही कारण सीगा कि अज जो सुपना बाबा साहब भीम राव अंबेडकर जी सिरजिया सीगा कि दलित समाज के लोग, गरीब वर्ग के लोग वड्डियां उच्च पोस्टां ते जाण, अज सुपना जिहड़ा पंजाब दे विच पंजाब दी इतिहासक धरती दे उत्ते पंजाब सरकार ने, सरदार भगवंत सिंह मान जी की सरकार ने, साडी सरकार ने पूरा किया गा। सो मैं मान साहब का, साडे सुप्रीमो अरविंद केजरीवाल जी का कोटानकोट धन्यवाद करना चाहुंदा गा, जिन्हां ने दलित वर्ग की, जिन्हां ने SC समाज की एक बड़ी चरकोणी मंग, एक बहुत बड़ी मंग नूं अज जिहड़ा हैगा वो समझिया और उस नूं मानता दित्ती, उहनूं प्रवान किया। नहीं तो अज तक सारियां सियासी रोटियां जिहड़ियां सेकियां जांदियां सीगियां। यह मैं समझदा इस दे नाल पंजाब दी पापूलेशन नूं, पंजाब दे SC वर्ग का एक बहुत ही इतिहासक फैसला उन्हां दे हक विच होया गा। सो मैं साडे सारे समूह मिनिस्टर साहिबान वालों, साडे सारे MLA साहिबान वालों, जिन्हें भी साडे MLA साहिबान ने और पूरे पंजाब दे SC वर्ग वालों, दलित वर्ग वालों, अरविंद केजरीवाल जी का, पंजाब दे मुख्यमंत्री सरदार भगवंत सिंह मान जी का बहुत बहुत धन्यवाद करना चाहुंदा गा। धन्यवाद जी, थैंक यू। पहला हमेशा ही चाहे अकाली दल होवे चाहे BJP होवे, वो SC समाज के 2 मिनिस्टर बनाउंदे हुंदे, 3 बनाउंदे ने। पहली बार होया गया कि 5 कैबिनेट मिनिस्टर जिहड़े नेगे वो दलित समाज चों नेगे, और पहली बार होया गया ये नहीं गा कि कला समाजिक भलाई विभाग जिहड़ा गा वो दिता गया होया। पहली बार होया गया कि फाइनांस वर्गे, PW वर्गे बड़े अहम जिहड़े महकमे नेगे वो गरीब समाज नूं, SC समाज नूं, ये भी इतिहासक तौर पर पहली बार होया गया। देखो बिल्कुल तुहाडा बड़ा वाजिब सवाल है, हुण तक अपॉइंटमेंटा होंदिया सी, मैं इस गल तो डिनाई नहीं करता है, कांग्रेस ने भी इक्का दुक्का कीतियां होणगियां, पर लेकिन जिन्नी रीप्रजेंटेशन बनती आ, जिन्नी जिहड़ी आ डिमांड सीगी, जां जिन्नी एज़ पर दी संविधान, एज़ पर कंस्टीट्यूशन ऑफ इंडिया, एज़ पर दी रूल ऑफ दी लॉ जिन्नी बनती सी अज तक नहीं मिली सी, पहली बार होया कि मिली हैगी। और उस तो पहला पुराने कुछ जिहड़ियां कानूनी अड़चना सीगियां, कोई कानूनी अड़चना, क्योंकि पुराना अज तक होया गा कि अज तक किसी भी सरकार ने, चाहे वह कांग्रेस पार्टी की सरकार होवे, चाहे अकाली दल BJP की सरकार होवे, किसी ने लागू नहीं किया, और काफ़ी सारिया कानूनी अड़चना से दूर हो जाएगी, और ये काफ़ी लंबे अरसे तो मंथन चल रहा है, वह दूर होकर अज स्पैशल जी जिहड़ियां जिन्नी बनती रिजर्वेशन पोस्टा का इश्तहार जड़ा, ये नहीं कि असं अनाउंस किया गा, अज इश्तहार जड़ा है एडवरटाइजमेंट जी वो जारी हो चुकी है। थैंक यू। कोई गल नहीं जी, 5 महीने हो गए, सारिया चीजा लागू करा, थोड़ा समा लगता हूं हर चीज का। देखो जी, लगातार साडिया
इन्वेस्टिगेशन टीमां साड़ी पंजाब पुलिस स्पैशल जड़ी SIT बनाई जागी वो लगातार जड़ी आ जड़े भी दोषी ने वो बहुत सारे दोषी फड़े गए ने कि इक्का दुक्का दोषी रहिंदे होणगे उन्हां दे खिलाफ जड़ी कार्रवाई होई हैगी। पहली बार आ गए गैंगस्टरां दे खिलाफ एंटी गैंगस्टर फोर्स का गठन किया गया और जड़े कुछ गैंगस्टर मुकाबले विच भी मारे गए ने कि और बहुत सारे गैंगस्टर पंजाब च फड़ के लियांदे गए ने। ये भी पहली बार होयागा कि जिन्हां नूं सियासी पुश्त पनाही हासिल सीगी जिहड़े लोग दिल्ली की जेल के जिहड़े लोग हरियाणा की जेल के जिहड़े लोग पंजाब की जेल के जिहड़े लोग राजस्थान की जेल के इन्हां पोलीटिकल पार्टियां की सियासी पुश्त पनाह के अधीन गैंगस्टर पाले गए सी गैंगस्टर रह रहे सीगे उन्हां नूं पंजाब च लै के उन्हां दे ट्रायल हो रहे हैं। कल्ले एक मुकदमे दे विच नहीं, कल्ले ये नहीं गी कि सिद्धू मूसे वाले मुकदमे दे विच जिन्हां होरनां मुकदमियां दे विच भी उन्हां नूं नॉमीनेट किया गया सीगा जां उन्हां दे नाम आए सी पहली बार पहला आए हुए सीगे नॉमीनेट किए गए सी अज तक किसी ने लैके आने की कोशिश नहीं की सी। ये भी होया गा कि साडी सरकार ने सरदार भगवंत सिंह मान ने वो सारियां दा रिमांड हासिल करके सारियां नूं नॉमीनेट किया गया सब दा रिमांड लिया जा रहा और सारियां नूं एज पर जिहड़ा ला गा ला ऑफ दी लैंड आ उहदे मुताबिक सज़ा मिलेगी। ट्रांसपोर्टर जिहड़े है वो कहंदे कि सरकार ने बड़ी मतलब मशक्कत ते बात साडी सुनी सी उस तो बाद हुण कांग्रेस अड़चन पैदा कर रही है इस इन्वेस्टिगेशन दे सामने होणगे क्यों कहंदे है कि कांग्रेस ही जेकर धरना देंदे विजिलेंस दे दफ्तर दे बाहर तां असीं भी धरना देवांगे। देखो हुण पंजाब दे लोकां नूं चाहे वह ट्रांसपोर्टर ने चाहे पंजाब दे आम लोकां ने लोकां नूं पता लग चुक्या कि पुरानियां सरकारां भ्रिष्टाचार करदियां सी रिश्वतखोरी करदियां सी पंजाब दी तरक्की वल पंजाब नूं जिहड़ा अगे लैके जाण वल कोई भी कदम नहीं पुटदियां सी उह सिर्फ उन्हां निजी जिहड़ी आ निजी जिहड़ी प्रॉपर्टियां वधदियां सी। इसे गल करके अज जे तुसीं आप ही दस रहे हो कि ट्रांसपोर्टर जे कांग्रेस पार्टी दे खिलाफ धरने लई आ रहे ते इहदा मतलब की है कि लोकां नूं समझ आ गई कि पुराने समें दे विच टेंडरां दे विच घपला होया सी और निजी लोकां आपदे खासम खास बंदियां नूं टेंडर दिते गए सी। अज विजिलेंस जां पंजाब पुलिस कार्रवाई कर रही है क्यों डरन दी लोड़ आ असीं तां चलान बड़ी जल्दी पेश कर रहे हैं गे असी तो बड़ी जल्दी चलान पेश कर रहे हैं। यह भी पहली बार होया गा कि असी विद इन 3 महीने के विच चलान पेश करते और 6 महीने च ट्रायल हो जूगा दुध का दुध तो पानी का पानी हो जूगा आप जाके पक्ष मानजोग अदालतों के रख अदालतों में इन्होंने फिर मौके मिलेंगे इन्वेस्टिगेशन के दौरान फिर मौके मिलेंगे और जो इन्होंने मौके मिलेंगे तो अपना पक्ष रख क्यों डरते हैं। कोई बेंडटा पॉलिटिक्स नहीं हो रही कोई बेंडटा पॉलिटिक्स नहीं हो रही हैगी हुण सच लोगों के सामने आ रहा पंजाब के लोगों को सच्चाई पता लग रही है कि पंजाब बर्बाद करने वाले कौन लोग ने। 24 तारीख को सीमा साहब प्रधानमंत्री का दौरा है उसको लेकर IB ने अलर्ट जारी किया है 10 लोगों को ऐसा है कि ISI और जो खालिस्तानी संगठन है वो बड़ा हादसा कर सकते हैं। मोहाली में भी अलर्ट जारी किया गया है कि बस अड्डों पर हम निशाना बनाया जा सकता है इसको लेकर पंजाब सरकार क्या करी। पहले भी देखा जाए जनवरी में जब दौरा हुआ था प्रधानमंत्री का तो उस समय भी बहुत देखो प्रधानमंत्री साहब के दौरे को लेकर बिल्कुल पुख्ता इंतजाम जड़े ने कि वो पंजाब पुलिस जिहड़ी आ कर रही है साडा गृह डिपार्टमेंट कर रहा है मानजोग CM साहब देख रहे हैं कि बिल्कुल पुख्ता इंतजाम ने किसी किस्म का कोई भी डर नहीं है पूरे इंतजाम जिहड़े नूं कर लए गए। अधिकारी लाया कार्यकारी चेयरमैन दिता होया एक बार भी कमिश्नर दफ्तर च नहीं गया ना कोई फैसला कढ रहा है बड़ी जल्दी जी उस चेयरमैन साहब की अपॉइंटमेंट हो जूगी और जिहड़ा कोई अधिकारी नहीं जा रहा उसके खिलाफ सरकार कार्रवाई करेगी तुसी मामला ध्यान च लैंदा गा पर लेकिन बड़ी जल्दी जी उस चेयरमैन साहब की अपॉइंटमेंट हो जू। हाँ जी इधर पहले पहले हाँ जी विपक्ष
देखो हिंदुस्तान जानता भारत जानता कि साढ़े दिल्ली के डिप्टी सीएम मनीष सिसोदिया जी जिहड़े लगातार दिल्ली के चंगे स्कूलों लई जाने जाते हैं गे चंगी विद्या लई जाने जाते हैं गे जिन्हों अज जिन्हों का नाम अमेरिका दी अखबारां छपदा गा यूएस दे विच छपदा गा और उन्हां दे सिक्ख्या दे मॉडल तो अरविंद केजरीवाल जी दे एजुकेशन दे मॉडल तो घबरा के बीजेपी दी सरकार जिहड़ी आ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਅਰਵਿੰਦ ਕੇਜਰੀਵਾਲ ਜੀ ਨੂੰ ਬਦਨਾਮ ਕਰਨ ਲਈ ਮਨੀਸ਼ ਸਿਸੋਦੀਆ ਜੀ ਨੂੰ ਬਦਨਾਮ ਕਰਨ ਲਈ ਸੀਬੀਏ ਦਾ ਦੁਰਉਪਯੋਗ ਕਰ ਰਹੀ ਆ ਅਸੀਂ ਕੋਈ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵਿੱਚ ਅਸੀਂ ਬੈਂਡਟਾ ਪੋਲਿਟਿਕਸ ਨਹੀਂ ਖੇਡ ਰਹੇ ਅਸੀਂ ਬੜੀ ਜਲਦੀ ਚਲਾਨ ਪੇਸ਼ ਕਰਾਂਗੇ ਅਸੀਂ ਕੋਈ ਲਮਕਾ ਕੇ ਨਹੀਂ ਰੱਖਾਂਗੇ ਕਿ ਸਾਲ ਸਾਲ ਦੋ ਦੋ ਸਾਲ ਜਿਵੇਂ ਤੁਹਾਨੂੰ ਪਤਾ ਹੋਊਗਾ ਕਿ ਕੀ ਹੁੰਦਾ ਸੀ ਬਾਦਲਾਂ ਵੇਲੇ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਕੈਪਟਨ ਸਾਹਿਬ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਤਿੰਨ ਸਾਲ ਚਾਰ ਸਾਲ ਚਲਾਨ ਪੇਸ਼ ਨਹੀਂ ਹੋਏ ਚਾਰਜਸ਼ੀਟ ਪੇਸ਼ ਨਹੀਂ ਹੋਈ ਹੈਗੀ ਅਸੀਂ ਸਾਡੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਵਿਦਨ 2 ਮੰਥ ਦੇ ਵਿੱਚ ਚਲਾਨ ਪੇਸ਼ ਕਰਤਾ ਆਹ ਥੋੜ੍ਹੇ ਦਿਨਾਂ ਦੇ ਵਿੱਚ ਚਾਰਜ ਫਰੇਮ ਹੋ ਜਾਣਗੇ ਔਰ ਲਗਾਤਾਰ ਉਹਨਾਂ ਦੇ ਖਿਲਾਫ਼ ਟ੍ਰਾਇਲ ਹੋ ਜੂਗਾ ਅਸੀਂ ਤਾਂ ਵਿਦਨ 6 ਮੰਥ ਸਭ ਨੂੰ ਇਨਸਾਫ਼ ਦੇਵਾਂਗੇ ਸਭ ਨੂੰ ਜਿਹੜੇ ਵੀ ਚਾਹੇ ਉਹ ਜੇਲ੍ਹ 'ਚ ਗਿਆ ਗਾ ਜਾਂ ਜਿਹੜਾ ਅਜੇ ਫੜੇ ਜਾਣੇ ਨੇਗੇ ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਹੋਣੀ ਆ ਉਹਨਾਂ ਨੂੰ ਇਨਸਾਫ਼ ਮਿਲੂਗਾ ਕਿਉਂਕਿ ਅਦਾਲਤਾਂ ਆਪਣੀ ਕਾਰਵਾਈ ਕਰਨਗੀਆਂ ਅਦਾਲਤਾਂ ਦੇ ਹੱਥ ਦੇ ਵਿੱਚ ਅਸੀਂ ਸਾਰਾ ਐਵੀਡੈਂਸ ਦੇ ਦੇਣਾਗਾ ਜਿਹੜਾ ਜਿਹੜਾ ਬੇਦੋਸ਼ਾ ਹੋਇਆ ਬਰੀ ਹੋ ਜਾਊਗਾ ਜਿਹੜਾ ਦੋਸ਼ੀ ਹੋਇਆ ਉਹਨੂੰ ਮੌਤ ਸੌਰੀ ਸਜ਼ਾ ਹੋ ਜਾਣੀ ਹੈ ਹਾਂਜੀ ਇੱਕ ਮਿੰਟ ਬਿਲਕੁਲ ਇਨਵੈਸਟੀਗੇਸ਼ਨ ਅਪ ਦਾ ਕੰਮ ਕਰ ਰਹੀ ਹੈ ਜੀ 5 ਸਾਲ ਕਾਂਗਰਸ ਪਾਰਟੀ ਨੇ ਬਦਨਾਮ ਕੀਤੇ ਪੂਰੇ ਬਰਬਾਦ ਕੀਤੇ ਔਰ 2 ਸਾਲ ਕਾਂਗਰਸ ਪਾਰਟੀ ਨੇ ਅਕਾਲੀ ਦਲ ਬੀਜੇਪੀ ਨੇ ਕੀਤੇ ਸਾਨੂੰ ਅਜੇ 5 ਮਿੰਟ ਦਾ ਸਮਾਂ ਹੋਇਆ ਬੜੀ ਜਲਦੀ ਉਹਨਾਂ ਦਾ ਵੀ ਚਲਾਨ ਜਿਹੜਾ ਹੈਗਾ ਲਗਭਗ ਤਿਆਰ ਹੈਗਾ ਉਹਨਾਂ ਦਾ ਵੀ ਚਲਾਨ ਪੇਸ਼ ਹੋਣ ਵਾਲਾ ਹਾਂਜੀ ਇੱਕ ਮਿੰਟ ਪਲੀਜ਼ ਉਹਨੂੰ ਪਤਾ ਕਿਉਂ ਸੀਨੀਅਰ ਜਨ ਦੇਖੋ ਜਿਹੜਾ ਐਕਚੁਅਲ ਸਟੇਟਸ ਹੈਗਾ ਉਹ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੁੰਦਾ ਗਾ ਜਿਹਦੇ ਕੋਲ ਇਨਫੋਰਮੇਸ਼ਨ ਪਹੁੰਚਦੀ ਆ ਜਿਹਨੂੰ ਇਨਫੋਰਮੇਸ਼ਨ ਪ੍ਰਾਪਤ ਹੁੰਦੀ ਆ ਇਨਵੈਸਟੀਗੇਸ਼ਨ ਆਫੀਸਰ ਜਿਹੜਾ ਹੈਗਾ ਉਹ ਜਾਂਚ ਕਰ ਰਿਹਾ ਹੁੰਦਾ ਇਨਵੈਸਟੀਗੇਸ਼ਨ ਕਰ ਰਿਹਾ ਹੁੰਦਾ ਉਹਦੇ ਕੋਲ ਸਬੂਤ ਹੁੰਦੇ ਨੇਗੇ ਜਦ ਤੱਕ ਉਹ ਚਾਰਜਸ਼ੀਟ ਤਬਦੀਲ ਨਹੀਂ ਹੋ ਸਕਦੇ ਹੁੰਦੇ ਜਦ ਤੱਕ ਉਹ ਚਾਰਜਸ਼ੀਟ ਜਿਹੜੀ ਆ ਕੋਰਟ 'ਚ ਪੇਸ਼ ਨਹੀਂ ਹੁੰਦੀ ਉਦੋਂ ਤੱਕ ਉਹਦੇ ਟਿੱਪਣੀ ਕਰਨੀ ਉਹਦਾ ਨਾਮ ਲੈਣਾ ਗਲਤ ਆ ਸੋ ਇਸੇ ਗੱਲ ਕਰਕੇ ਉਹ ਜਿਹੜੇ ਵੀ ਦੋਸ਼ੀ ਨੇਗੇ ਉਹ ਬਿਲਕੁਲ ਉਹਨਾਂ ਦੇ ਨਾਮ ਚਾਰਜਸ਼ੀਟ 'ਚ ਆਉਣਗੇ ਉਹਨਾਂ ਨੂੰ ਵਿਜੀਲੈਂਸ ਡਿਪਾਰਟਮੈਂਟ ਵੀ ਬੁਲਾਊਗਾ ਉਹਨਾਂ ਦੇ ਖਿਲਾਫ਼ ਕਾਰਵਾਈ ਹੋਊਗੀ ਚਾਹੇ ਕੋਈ ਐਕਸ ਚੀਫ ਮਿਨਿਸਟਰ ਆ ਚਾਹੇ ਕੋਈ ਐਕਸ ਮਿਨਿਸਟਰ ਆ ਚਾਹੇ ਕੋਈ MLA ਆ ਚਾਹੇ ਕੋਈ ਬਿਊਰੋਕਰੇਟ ਆ ਕਿਉਂਕਿ ਇਸ ਸਮੇਂ ਬਹੁਤ ਲੰਬੇ ਅਰਸੇ ਬਾਅਦ ਪੰਜਾਬ ਵਿੱਚ ਕਾਨੂੰਨ ਚਲਾਉਣ ਵਾਲੀ ਜਿਹੜੀ ਸਰਕਾਰ ਆ ਕਾਨੂੰਨ 'ਤੇ ਲਾਗੂ ਕਰਨ ਵਾਲੀ ਸਰਕਾਰ ਚੱਲ ਕੰਮ ਕਰ ਰਹੀ ਦੇਖੋ ਕੱਲ੍ਹ ਇੱਕ ਡਿਪਟੀ ਡਾਇਰੈਕਟਰ ਸਾਡੇ ਮਨਿਸਟਰ ਸਾਹਿਬਾਨ ਨੇ ਉਹਨੂੰ ਡਿਸਮਿਸ ਕੀਤਾ ਗਾ ਬਰਖਾਸਤ ਕੀਤਾ ਗਾ ਸੋ ਜਿਹੜੇ ਵੀ ਇਨਵੋਲਵ ਨੇਗੇ ਉਹਨਾਂ ਨੂੰ ਬਿਲਕੁਲ ਬਰਖਾਸਤ ਕਰਾਂਗੇ ਚਾਹੇ ਬਿਊਰੋਕਰੇਟ ਨੇਗੇ ਚਾਹੇ ਪੋਲੀਟੀਸ਼ੀਅਨ ਨੇਗੇ ਇਹ ਪੰਜਾਬ ਦੇ ਲੋਕਾਂ ਦੀ ਹੱਕੀ ਕਮਾਈ ਸੀ ਸਭ ਦਾ ਜਿਹੜਾ ਵੀ ਕੋਈ ਭ੍ਰਿਸ਼ਟਾਚਾਰ 'ਚ ਲਿਪਤ ਰਿਹਾ ਜਾਂ ਹੁਣ ਵੀ ਕਰ ਰਿਹਾ ਉਹਦੇ ਖਿਲਾਫ਼ ਕਾਰਵਾਈ ਕੀਤੀ ਜਿਹੜੇ ਵੀ SC ਸਰਟੀਫਿਕੇਟਾਂ ਦੇ ਜਿਹੜੀ ਜਾਲੀ ਫਰਜ਼ੀ ਬਣਾ ਕੇ ਜੋਬ